ਜੇਕਰ ਗੱਲ ਕਰੀਏ ਕਬੱਡੀ ਦੀ ਤਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੰਤੋਖ ਸਿੰਘ ਸਪੋਰਟਸ ਸਟੇਡੀਅਮ ਸੇਵਾ ਕਮੇਟੀ ਪਿਛਲੇ 18 ਸਾਲ ਤੋਂ ਕਬੱਡੀ ਟੂਰਨਾਮੈਂਟ ਕਰਵਾ ਰਹੀ ਹੈ ਅਤੇ ਪਿੰਡ ਦੁੱਲੇ ਦੇ ਨਿਵਾਸੀ ਪੁਲਿਸ ਕਮਿਸ਼ਨਰ ਕੋਲੋਂ ਟੂਰਨਾਮੈਂਟ ਕਰਵਾਉਣ ਦੀ ਇਜਾਜ਼ਤ ਲੈਣ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ। ਉੱਥੇ ਹੀ ਜੀਤੂ ਦੁੱਲੇ ਨੇ ਮੀਡੀਆ ਨੂੰ ਦੱਸਿਆ ਕਿ ਨਾਲ ਦੇ ਪਿੰਡ ਟੂਰਨਾਮੈਂਟ ਹੋਣ ਕਰਕੇ ਸਾਡੇ ਕਬੱਡੀ ਦੇ ਟੂਰਨਾਮੈਂਟ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਜਦੋਂ ਅੱਜ ਅਸੀਂ ਆਪਣੇ ਗਰਾਊਂਡ ਦੀ ਸਫਾਈ ਕਰਵਾ ਰਹੇ ਸੀ ਤਾਂ SHO ਥਾਣਾ ਡੇਲੋ ਨੇ ਪਹਿਲਾਂ ਸਫਾਈ ਬੰਦ ਕਰਵਾਈ ਅਤੇ ਬਾਅਦ 'ਚ ਸਫਾਈ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਸਾਡੀ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਹੈ ਕਿ ਸਾਡੇ ਫੜੇ ਗਏ ਸਾਥੀਆਂ ਨੂੰ ਛੱਡਿਆ ਜਾਵੇ ਅਤੇ ਸਾਨੂੰ ਟੂਰਨਾਮੈਂਟ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਕਬੱਡੀ ਟੂਰਨਾਮੈਂਟ ਕਰਾ ਰਹੇ ਹਾਂ ਜੀ, ਕੱਲ੍ਹ ਨੂੰ ਮੈਨੂੰ ਪਰਮਿਸ਼ਨ ਨਹੀਂ ਮਿਲ ਰਹੀ ਜੀ। ਪਹਿਲਾਂ ਵੀ ਮੈਂ ਪਰਮਿਸ਼ਨ ਅਪਲਾਈ ਕਰਾਈ ਕੀਤੀ ਸੀਗੀ, ਉਹ ਆਪਣੇ ਸਾਰੇ DC ਆਪਣੇ DSP ਸਾਹਿਬ ਨੇ, ਜਸਨਦੀਪ ਗਿੱਲ ਨੇ, ਉਹਨਾਂ ਨੇ ਵੀ ਸਾਈਨ ਕਰਤੇ ਸੀ। ਕਚਹਿਰੀਆਂ ਵਿੱਚ ਫਾਈਲ ਆ ਗਈ ਸੀਗੀ ਜੀ, ਉਹ ਇੱਥੋਂ ਬੈਕ ਮੰਡਵਾਈ ਗਈ ਹੈ ਜੀ। ਮੈਨੂੰ ਨਹੀਂ ਪਤਾ ਕਿਸ ਗੱਲ ਕਰਕੇ ਬੈਕ ਮੰਡਵਾਈ ਗਈ ਆ। ਦੁਬਾਰੇ ਫਿਰ ਮੈਂ ਕਮਿਸ਼ਨਰ ਸਾਹਿਬ ਤੋਂ ਪਰਮਿਸ਼ਨ ਕੱਲ੍ਹ ਸਾਈਨ ਕਰਾ ਕੇ ਭੇਜੀ ਹੈ ਜੀ, ਅੰਦਰ DC ਸਾਹਿਬ ਨੂੰ ਭੇਜੀ ਹੈ ਜੀ, ਅਤੇ ਉਹ ਸਾਰਾ ਕੁਝ ਹੋ ਕੇ ਪਰਮਿਸ਼ਨ ਮਿਲ ਗਈ ਹੈ ਜੀ ਸਾਨੂੰ। ਪਰ ਪਤਾ ਨਹੀਂ ਕਿਉਂ ਸਾਨੂੰ ਰੋਕਿਆ ਜਾ ਰਿਹਾ ਵੀ ਕੱਲ੍ਹ ਨੂੰ ਦਲੇ ਪਿੰਡ ਦਲੇ ਜ਼ਿਲ੍ਹਾ ਲੁਧਿਆਣਾ। ਸਰ ਕਿੰਨੀ ਦੇਰ ਤੋਂ ਤੁਸੀਂ ਕਰਵਾ ਰਹੇ ਹੋ ਕਬੱਡੀ ਜਿਹੜੀ? 18 ਸਾਲ ਹੋ ਗਏ ਜੀ ਕਰਾਉਂਦਿਆਂ ਨੂੰ, ਹਰੇਕ ਸਾਲ ਕਰਾਈਦਾ ਜੀ, ਕਦੇ ਇਹੋ ਜਿਹੀ ਦਿੱਕਤ ਨਹੀਂ ਆਈ। ਹੁਣ ਸਾਨੂੰ ਪਲੀਜ਼ ਆਪਣੇ ਪਰਮਿਸ਼ਨ ਨਹੀਂ ਮਿਲ ਰਹੀ ਜੀ, ਪਰਮਿਸ਼ਨ ਸਾਨੂੰ ਇੱਥੋਂ ਹੋ ਗਈ ਸੀ ਸਾਨੂੰ, ਪਤਾ ਨਹੀਂ ਸਾਨੂੰ ਗਾਂਹ ਕਿਉਂ ਨਹੀਂ ਭੇਜ ਰਹੇ ਹੈਗੇ। ਗੱਲ ਇੱਕ ਨਾਲ ਦੇ ਪਿੰਡ ਟੂਰਨਾਮੈਂਟ ਆ ਜੀ ਸਾਡੇ ਆਲਮਗੀਰ, ਉਹਨਾਂ ਦੀਆਂ ਟੀਮਾਂ ਹੋਰ ਨੇ, ਸਾਡੀਆਂ ਟੀਮਾਂ ਹੋਰ ਆ, ਪਰ ਪਤਾ ਨਹੀਂ ਕਿਉਂ ਉਹ ਡਿੱਕਾ ਲਾ ਰਹੇ ਨੇ ਸਾਡੇ। ਕਿਸੇ ਦੀ ਸਹਿਤ ਹੀ ਕੰਮ ਹੋ ਰਿਹਾ ਜੀ ਸਾਰਾ ਕੁਛ। ਜੇ ਮੈਨੂੰ ਇਹ ਕਹਿੰਦੇ ਆ ਵੀ ਜੇ ਤੂੰ ਟੂਰਨਾਮੈਂਟ ਕਰਾਇਆ ਤੇਰੇ 'ਤੇ ਅਸੀਂ ਪਰਚਾ ਦੇਵਾਂਗੇ, ਪਰਚਾ ਹੁਣ ਕਿਹੜੀ ਗੱਲ 'ਤੇ ਦੇਣਾ? ਮੈਂ ਕਬੱਡੀ ਕਰਾ ਰਿਹਾ, ਮੈਂ ਕੋਈ ਮਾੜਾ ਕੰਮ ਤਾਂ ਕਰ ਨਹੀਂ ਰਿਹਾ। ਇਹ ਪੁਲਿਸ ਵਾਲੇ ਹੀ ਕਹਿ ਰਿਹਾ ਜੀ, SP ਕਹਿ ਰਿਹਾ ਜੀ ਤੇਜਾ ਸਿੰਘ, ਅਤੇ ਨਾਲ ਜੀ ਕਹਿ ਰਿਹਾ SHO ਡੇਲੋਂ ਸੁਖਦੇਵ ਸਿੰਘ ਬਰਾੜ, ਇਹ ਦੋਨੇ ਜੀ ਕਹਿ ਰਹੇ ਆ ਮੈਨੂੰ ਵੀ ਜੇ ਤੂੰ ਟੂਰਨਾਮੈਂਟ ਕਰਾਇਆ ਤੇਰੇ 'ਤੇ ਅਸੀਂ ਪਰਚਾ ਦੇਵਾਂਗੇ। ਵੀ ਮੈਂ ਕੋਈ ਮਾੜਾ ਕੰਮ ਤਾਂ ਕਰ ਰਿਹਾ ਨਹੀਂ, ਮੈਂ ਨਸ਼ਿਆਂ ਤੋਂ ਦੂਰ ਜਵਾਕਾਂ ਨੂੰ ਕਰਕੇ ਕਬੱਡੀ ਪ੍ਰਮੋਟ ਕਰ ਰਿਹਾ। ਕੋਈ ਮਾੜਾ ਕੰਮ ਹੈਗਾ ਤਾਂ ਮੈਨੂੰ ਸਾਰੇ ਦੱਸੋ ਜੇ ਮੈਂ ਮਾੜਾ ਕੰਮ ਕਰ ਰਿਹਾ ਕੋਈ। ਜੀ ਹਰੇਕ ਸਾਲ ਹੀ ਆਉਣਾ, ਹਰੇਕ ਸਾਲ ਹੀ ਟੂਰਨਾਮੈਂਟ ਕਰਾਉਣਾ, ਅੱਗੇ ਕਦੇ ਪ੍ਰੋਬਲਮ ਨਹੀਂ ਪਈ, ਇਹ ਐਤਕੀ ਹੋ ਰਿਹਾ ਉਹ ਵੀ ਨਾਲ ਦੇ ਪਿੰਡ ਦੇ ਟੂਰਨਾਮੈਂਟ ਕਰਕੇ, ਅਤੇ ਇਸ ਕਰਕੇ ਡਿੱਕ ਰਿਹਾ। ਅੱਜ ਸਵੇਰੇ ਮੈਂ ਗਰਾਊਂਡ ਦੇ ਵਿੱਚ 10 ਬੰਦੇ ਸਾਫ਼ ਸਫਾਈ ਕਰਨ ਲਾਏ ਸੀਗੇ, ਪੁਲਿਸ SHO ਡੇਲੋਂ ਸੁਖਦੇਵ ਸਿੰਘ ਬਰਾੜ ਆਇਆ ਆਪਣੇ ਗਰਾਊਂਡ ਦੇ ਵਿੱਚ, ਉਹ ਆ ਕੇ ਸਾਰੇ ਉੱਥੋਂ ਸਫਾਈ ਸਾਫ਼ ਸਫਾਈ ਕਰਨ ਵਾਲੇ ਸੀ, ਨਾਲ ਟਰੈਕਟਰ ਸੀਗਾ, ਉਹਨਾਂ ਨੂੰ ਅਰੈਸਟ ਕਰਕੇ ਡੇਲੋਂ ਥਾਣੇ ਲੈ ਗਿਆ। ਉਹਨਾਂ ਨੂੰ ਕਹਿੰਦਾ ਜ਼ਮਾਨਤ ਕਰਾਉਂ, ਬਈ ਸਾਫ਼ ਸਫਾਈਆਂ ਕਰਨ ਦੀ ਵੀ ਅਸੀਂ ਜ਼ਮਾਨਤ ਕਰੀਏ ਕਿਹੜੀ ਗੱਲ ਤੋਂ? ਅਤੇ ਮੈਨੂੰ ਕਹਿੰਦਾ ਵੀ ਜੀਤੂ ਨੂੰ ਇੱਥੇ ਥਾਣੇ 'ਚ ਪੇਸ਼ ਕਰੋ, ਨਹੀਂ ਉਹਦੇ 'ਤੇ ਪਰਚਾ ਦੇਵਾਂਗੇ। ਮੇਰੇ 'ਤੇ ਕਿਹੜੀ ਗੱਲ ਦਾ ਪਰਚਾ ਦੇ ਰਹੇ ਨੇ? ਰਾਈਟ, ਬਾਕੀ ਮੇਰੇ ਕੋਲ ਸਾਰਾ ਕੁਝ ਹੈਗਾ ਜੀ, ਸਾਰੇ ਪਿੰਡ ਦੇ ਸਾਈਨ ਕੀਤੇ ਹੋਏ ਨੇ, ਪੰਚਾਂ ਸਰਪੰਚਾਂ ਦੇ ਲੰਬੜਦਾਰਾਂ ਦੀਆਂ ਮੋਹਰਾਂ ਲੱਗੀਆਂ ਜੀ, ਸਾਰਾ ਕੁਝ ਲੱਗਿਆ ਹੋਇਆ ਇੱਧਰ, ਠੀਕ ਆ ਜੀ। ਇੱਕ ਮੈਨੂੰ ਹੋਰ ਆ ਜੀ ਰਵੀ ਸਰਪੰਚ ਆਲਮਗੀਰ ਤੋਂ, ਉਹ ਫੋਨ ਕਰਕੇ ਵੀ ਧਮਕੀਆਂ ਦਿੰਦਾ ਆ ਵੀ ਮੈਂ ਤੇਰੇ ਗੋਲੀਆਂ ਮਾਰ ਦੂੰ ਜੇ ਤੂੰ ਟੂਰਨਾਮੈਂਟ ਕਰਾਇਆ, ਉਹਦੇ ਮੈਂ NRI। ਬਿਊਰੋ ਰਿਪੋਰਟ, KDT ਨਿਊਜ਼ TV ਲੁਧਿਆਣਾ।